ਭੈਣੋ ਅਤੇ ਭਰਾਓ, ਮੈਂ ਤਕਰੀਰ ਨਹੀਂ ਕਰਨੀ, ਜੋ ਤਕਰੀਰ ਜੋ ਛੋਟੀ ਮੋਟੀ ਹੈ ਸੁਬਹ ਮੈਂ ਕਰ ਛੋੜੀ ਹੈ। ਮੈਂ ਸ਼ੁਕਰੀਆ ਅਦਾ ਕਰਨਾ ਜਨਾਬ ਸਿਰਾਜ ਉਲ ਹੱਕ ਸਾਹਿਬ ਦਾ ਕਿ ਉਹ ਇਸਲਾਮਾਬਾਦ ਵਿੱਚ ਡੋਨਰਸ ਕਾਨਫਰੰਸ ਵਿੱਚ ਕਰੋ ਕਿਸੇ ਤਰ੍ਹਾਂ ਟਾਈਮ ਕੱਢ ਕੇ ਸਾਡੇ ਕੋਲ ਆਏ, ਜਿਹੜੀ ਬੁਨਿਆਦੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ। ਗਵਰਨਰ ਸਾਹਿਬ ਔਰ ਵਜ਼ੀਰ ਆਲਾ ਸਾਹਿਬ ਉੱਥੇ ਹੁਣ ਤੱਕ ਮਸਰੂਫ ਹਨ, ਚੀਫ ਸੈਕਟਰੀ ਸਾਹਿਬ ਵੀ ਉੱਥੇ, ਸਾਡੀ ਸਾਰੀ ਜਿਹੜੀ ਇੱਥੋਂ ਦੀ ਗੌਰਮੈਂਟ ਹੈ ਇੱਕ ਕਿਸਮ ਦੀ, ਔਰ ਡੋਨਰ ਕਾਨਫਰੰਸ ਦੇ ਵਿਚਕਾਰ ਮਸਰੂਫ ਹੈ, ਔਰ ਇਤਨਾ ਇਸ ਕਿਸਮ ਦਾ ਇੱਕ ਇਤਫਾਕ ਆ ਗਿਆ ਹੈ ਕਿ ਸਾਡੀ ਜਿਹੜੇ ਬਹੁਤ ਸਾਰੇ ਪ੍ਰੋਗਰਾਮਸ ਆਏ ਉਹ ਇੱਕ ਕਿਸਮ ਦੇ ਖਲਤ ਮਲਤ ਹੋ ਗਏ। ਤਾਂ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਸੂਬਾ ਸਰਹੱਦੀ ਗੌਰਮੈਂਟ ਦੇ ਨੁਮਾਇੰਦਾ ਜਿਹੜੇ ਸਾਡੇ ਸੀਨੀਅਰ ਵਜ਼ੀਰ ਹਨ, ਉਹ ਸਾਡੀ ਦਰਖਾਸਤ 'ਤੇ ਆਪਣੇ ਟਾਈਮ ਦਾ ਬਹੁਤ ਕੀਮਤੀ ਹਿੱਸਾ ਕੱਢ ਕੇ ਸਾਡੇ ਕੋਲ ਆਏ। ਮੈਂ ਉਹਨਾਂ ਦਾ ਗੰਦਾਰਾ ਹਿੰਦਕੋ ਬੋਰਡ ਦੀ ਤਰਫ ਸੀ, ਐਲੇ ਪਿਸ਼ਾਵਰ ਦੀ ਤਰਫ ਸੀ, ਔਰ ਹਿੰਦਕੋ ਆਵਾਨ ਬਰਾਦਰੀ ਉਸ ਦੀ ਤਰਫ ਸੀ, ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ। ਇਹ ਸਾਡੇ ਜਿਹੜੇ ਮਕਾਲੇ ਨੇ, ਮਜ਼ਾਮੀਨ ਨੇ, ਇਹ ਸਾਰੇ ਪੇਸ਼ ਕੀਤੇ ਜਾ ਰਹੇ ਨੇ। ਇਹ ਡਾਕਟਰ ਲਈ ਬਖਸ਼ ਅਖਤਰ ਆਵਾਨ ਲੰਡਨ 'ਚ ਹੁੰਦੇ ਨੇ, ਔਰ ਇਹਨਾਂ ਨੇ ਇਸ ਹਿੰਦਕੋ ਜ਼ਬਾਨ ਔਰ ਅਦਬ ਦੇ ਉੱਤੇ, ਖਾਸ ਤੌਰ 'ਤੇ ਲਿਸਾਨੀਆਤ ਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ, ਔਰ ਹਿੰਦਕੋ ਲਿਸਾਨੀਆਤ 'ਤੇ ਜਾਂ ਆਮ ਲਿਸਾਨੀਆਤ 'ਤੇ ਉਹ ਇੱਕ ਅਥਾਰਟੀ ਔਰ ਸਨਅਤ ਸਮਝੇ ਜਾਂਦੇ ਨੇ। ਉਹਨਾਂ ਨੇ ਬੜਾ ਭਰਪੂਰ ਅੰਗਰੇਜ਼ੀ ਮਕਾਲਾ ਲਿਖਾ ਆ, ਲੇਕਿਨ ਮੈਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਚੂੰਕਿ ਸਾਡਾ ਬੇਸਿਕ ਇਸ ਵਕਤ ਥਰਸਟ ਔਰ ਥੀਮ ਵੀ ਇਹੀ ਹੈ ਕਿ ਅਸੀਂ ਹਿੰਦਕੋ ਜ਼ਬਾਨ ਦੇ ਫਰੋਗ ਵਾਸਤੇ ਕੰਮ ਕਰੀਏ, ਅਤੇ ਇਸ ਵਜ੍ਹਾ ਦੇ ਨਾਲ ਤੁਸੀਂ ਸਾਡੇ ਜਿਹੜੇ ਹਿੰਦਕੋ ਬੋਲਣ ਵਾਲੇ ਨੇ ਭਰਾ ਹੋਣ, ਉਹਨਾਂ ਨੂੰ ਆਪਣਾ ਜੋ ਕੁਝ ਨੁਕਤਾ ਨਜ਼ਰ ਹੈ ਮੁਖਤਸਰ ਅਲਫਾਜ਼ ਵਿੱਚ ਇੱਥੇ ਪੇਸ਼ ਕਰਨ। ਕਾਨਫਰੰਸਾਂ ਦੇ ਵਿਚਕਾਰ ਇਸੇ ਤਰ੍ਹਾਂ ਹੁੰਦਾ ਹੋਵੇ, ਕੋਈ ਵੀ ਬੜੇ ਮਕਾਲੇ ਪੇਸ਼ ਹੀ ਨਹੀਂ ਕਰ ਸਕਦਾ। ਮੈਨੂੰ ਯਾਦ ਹੈ ਕਿ ਇੱਕਦਾ ਮੈਂ ਅਮਰੀਕਾ 'ਚ ਇੱਕ ਕਾਨਫਰੰਸ ਵਿੱਚ ਸ਼ਰੀਕ ਆਇਆ, ਡਾਕਟਰ ਹੈਨਰੀ ਕੈਸੇਂਜਰ ਉਸਦੇ ਨਿਜ਼ਾਮਤ ਪਿਆ ਕਰਦਾ ਆ, ਉਸਦੇ ਕੋਲ ਕੈਂਟੀ ਆਈ, ਔਰ ਡਿਕ ਚੈਨੀ ਸਾਹਿਬ ਉਸ ਵਕਤ ਜਿਹੜੇ ਉਹ ਪੇ ਮਕਾਲਾ ਪੜ੍ਹਦੇ, ਅਤੇ 5 ਮਿੰਟ ਦੇ ਬਾਅਦ ਉਸਨੇ ਉਸਦਾ ਮਾਈਕ ਬੰਦ ਕਰਤਾ। ਉਹਨੇ ਕਿਹਾ, ਸੋਰੀ ਸਰ, ਯੂਅਰ 5 ਮਿੰਟਸ ਆਰ ਓਵਰ। ਤਾਂ ਉਹ ਬਸ, ਚੂੰਕਿ ਉਹਨਾਂ ਦਾ ਇੱਕ ਹੋਰ ਨਿਜ਼ਾਮ ਹੈ, ਅਸੀਂ ਲੋਕ ਜਿਹੜੇ ਸਾਡੀ ਤਹਿਜ਼ੀਬ ਹੈ ਉਹ ਗੁਜ਼ਾਰਾ ਕਰਨ ਲਈ ਤਹਿਜ਼ੀਬ ਹੈ ਕਿ ਗੁਜ਼ਾਰਾ ਕਰੋ, ਤਾਂ ਗੁਜ਼ਾਰੇ ਦੇ ਵਿਚਕਾਰ ਵਤੇ ਹੁੰਦਾ ਕਿ ਬਹੁਤ ਕੁਛ ਅੱਗੇ ਪਿੱਛੇ ਹੋ ਜਾਂਦਾ। ਤਾਂ ਮੈਂ ਮਕਾਲਾ ਨਿਗਾਰ ਹਜ਼ਰਾਤ ਨੂੰ, ਖਵਾਤੀਨ ਨੂੰ ਫਿਰ ਰਿਕੁਐਸਟ ਕਰਸਾਂ ਕਿ ਚੂੰਕਿ ਸਾਨੇ ਬਹੁਤ ਸਾਰੇ 30-40 ਮਕਾਲਿਆਂ ਨੂੰ ਵਿਚਕਾਰ ਪੁਗਤਾਣਾ, ਤਾਦਾਦ ਮੈਨੂੰ ਨਹੀਂ ਦੱਸਣੀ ਚਾਹੀਦੀ ਕਿ ਅਗਲੇ ਸੈਸ਼ਨ 'ਚੋਂ ਲੋਕ ਗਾਇਬ ਹੀ ਨਾ ਹੋ ਜਾਣ, ਲੇਕਿਨ ਇਹ ਵੇ ਕਿ 5-5 ਮਿੰਟ ਅਗਰ ਉਹ ਆਪਣੇ ਲਿਖੇ ਮਕਾਲੇ ਦਾ ਜਿਹੜਾ ਮਗਜ਼ ਹੈ ਉਹ ਪੇਸ਼ ਕਰਦੇ ਹੋਣ, ਤਾਂ ਉਹ ਸਾਡੇ ਵਾਸਤੇ ਵੀ ਬੜੀ ਕਰਾਮਤ ਚੀਜ਼ ਹੋ ਸੀ। ਬਾਕੀ ਉਹਨਾਂ ਦੇ ਮਕਾਲੇ ਸਾਡੇ ਸਿਰ ਰੱਖੀਆਂ, ਅਤੇ ਅਸੀਂ ਕਿਤਾਬੀ ਸੂਰਤ ਵਿਚਕਾਰ ਉਹਨਾਂ ਨੂੰ ਛਾਪ ਕੇ ਤੁਹਾਡੀ ਖਿਦਮਤ ਵਿੱਚ ਪੇਸ਼ ਕਰਦੇ ਸੀ। ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ, ਤਾਂ ਕਿ ਸਾਡੇ ਇੱਕ ਹੋਰ ਮਕਾਲਾ ਨਿਗਾਰ ਦਾ ਵਕਤ ਹੋਵੇ, ਫਿਰ ਸਿਰਾਜ ਸਾਹਿਬ ਥੱਕੇ ਟੁੱਟੇ ਆਏ ਤਾਂ ਇਹਨਾਂ ਨੂੰ ਵੀ ਅਸੀਂ ਫਿਰ ਫਾਰਗ ਕਰੀਏ।